ਅਨਿਲ ਵਿਜ ਆਜ਼ਾਦ ਉਮੀਦਵਾਰ ਤੋਂ 717 ਵੋਟਾਂ ਨਾਲ ਪਿੱਛੇ ਨੇ ਇਸ ਤੋਂ ਵੱਡੀ ਖਬਰ ਹੋ ਸਕਦੀ ਹੈ ਅੱਜ ਦੀ ਬਿਲਕੁਲ ਨਹੀਂ ਹੋ ਸਕਦੀ ਹਰਿਆਣਾ ਤੋਂ ਇਹ ਵੱਡੀ ਖਬਰ ਹੈ ਅਨਿਲ ਵਿਜ ਜਿਹੜੇ ਆਪਣੇ ਆਪ ਨੂੰ ਸੀਐਮ ਫੇਸ ਦੱਸਦੇ ਨੇ ਜਿਹੜੇ ਆਪਣੇ ਆਪ ਆਪਣੇ ਆਪ ਨੂੰ ਸੀਐਮ ਦੀ ਕੁਰਸੀ ਦਾ ਹੱਕਦਾਰ ਦੱਸਦੇ ਨੇ ਉਹ ਅਨਿਲ ਵਿਜ ਆਜ਼ਾਦ ਉਮੀਦਵਾਰ ਤੋਂ 717 ਵੋਟਾਂ ਨਾਲ ਪਿੱਛੇ ਚੱਲ ਰਹੇ ਨੇ ਇਹ ਬਹੁਤ ਵੱਡੀ ਖਬਰ ਹੈ ਇੱਕ ਬ੍ਰੇਕਿੰਗ ਨਿਊਜ਼ ਹੈ ਹਰਿਆਣੇ ਤੋਂ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਚ ਜਿਨ੍ਹਾਂ ਨੇ ਕਿਹਾ ਸੀ 5 ਤਰੀਕ ਦੀ ਸ਼ਾਮ ਨੂੰ 5 ਅਕਤੂਬਰ ਦੀ ਸ਼ਾਮ ਨੂੰ ਜਦੋਂ VOTING ਮੁਕੰਮਲ ਹੋ ਗਈ ਸੀ ਇਹ ਕਹਿੰਦੇ ਹੋ ਸਕਦਾ ਹੈ ਪੱਤਰਕਾਰਾਂ ਨੂੰ ਕਹਿੰਦੇ ਸੀ ਕਿ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਹੁਣ 9 ਤਰੀਕ ਨੂੰ सीएम हाउस ਦੇ ਵਿੱਚ ਹੀ ਮਿਲਾਂ ਯਾਨੀ ਕਿ सीएम ਬਣਨ ਦਾ ਪੂਰਾ ਸੁਪਨਾ ਸਜਾਇਆ ਹੋਇਆ ਪਰ ਇੱਕ ਆਜ਼ਾਦ ਉਮੀਦਵਾਰ ਤੋਂ ਪਿੱਛੇ ਚੱਲ ਰਹੇ ਨੇ ਬਹੁਤ ਵੱਡੀ ਖਬਰ ਹੈ ਵਿਨੇਸ਼ ਫਗਾਟ 4449 ਵੋਟਾਂ ਦੇ ਨਾਲ ਅੱਗੇ ਹੋ ਗਈ ਹੈ ਦੁਸ਼ਯੰਤ ਚੋਟਾਲਾ ਨੇ ਜਿਹੜੇ ਉਹ ਪਿੱਛੇ ਚੱਲ ਰਹੇ ਨੇ ਉਹ 6ਵੇਂ ਨੰਬਰ ਤੇ ਚੱਲ ਰਹੇ ਨੇ ਪਿੱਛੇ ਨਹੀਂ ਕਹਿ ਸਕਦੇ 6ਵੇਂ ਨੰਬਰ ਦੇ ਬਹੁਤ ਹੀ ਪਿੱਛੇ ਚੱਲ ਰਹੇ ਨੇ ਕਾਂਗਰਸ ਦੇ ਉਮੀਦਵਾਰ ਵਿਨੇਸ਼ ਫੋਗਾਟ ਅੱਗੇ ਚੱਲ ਰਹੀ ਹੈ 4449 ਵੋਟਾਂ ਦੇ ਨਾਲ ਵਿਨੇਸ਼ ਫੋਗਾਟ ਮੂਹਰੇ ਚੱਲ ਰਹੀ ਹੈ ਹਰਿਆਣਾ ਦੀ ਜੁਲਾਨਾ ਸੀਟ ਤੇ ਇਹ ਉਲਟ ਫੇਰ ਸਾਹਮਣੇ ਦੇਖ ਸਕਦੇ ਆ ਆਪਾਂ ਕਾਂਗਰਸ ਦੇ ਲੀਡਰ ਜਿਵੇਂ ਵਾਰੀ-ਵਾਰੀ ਕਹਿ ਰਹੇ ਨੇ ਕਿ ਉਲਟਫੇਰ ਹੋਏਗਾ ਤਸਵੀਰ ਬਦਲੇਗੀ ਕਾਂਗਰਸ ਹਰਿਆਣਾ ਚੋ ਜਿੱਤੇਗੀ ਕੀ ਸਿਰਫ ਵਿਨੇਸ਼ ਵਗਾਰ ਦੇ ਜਿੱਤਣ ਨਾਲ ਕਾਂਗਰਸ ਜਿੱਤ ਜਾਏਗੀ ਬਿਲਕੁਲ ਨਹੀਂ ਕਾਂਗਰਸ ਨੂੰ ਜਿਹੜਾ 35 ਤੇ 49 ਸੀਟਾਂ ਦਾ ਫਰਕ ਹੈ ਇਹ ਪੂਰਾ ਕਰਨਾ ਪਏਗਾ ਕਾਂਗਰਸ ਨੂੰ ਜਿੱਤਣ ਦੇ ਲਈ 46 ਸੀਟਾਂ ਤੇ ਜਾਣਾ ਪਊਗਾ ਇਸ ਵਕਤ 11:48 ਹੋ ਚੁੱਕੇ ਨੇ 12 ਵਜਣਗੇ ਤੇ ਫਿਰ 1 ਵਜਣਗੇ 1 ਵਜੇ ਤੱਕ ਜੇ ਸਥਿਤੀ ਇਸੇ ਤਰ੍ਹਾਂ ਰਹੀ ਭਾਜਪੀ ਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ ਇਹ ਆਪਾਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ ਦੁਸ਼ਯੰਤ ਚਟਾਲਾ ਦੀ ਗੱਲ ਕਰ ਰਹੇ ਸੀ ਜਿਹੜੇ ਪਿੱਛੇ ਚੱਲ ਰਹੇ ਸਨ ਤੇ ਦੁਸ਼ਯੰਤ ਚਟਾਲਾ ਦੇ ਪ੍ਰਾਂਤ ਦਿਗ ਵਿਜੇ ਵੀ ਪਿੱਛੇ ਚੱਲ ਰਹੇ ਨੇ ਕਾਂਗਰਸੀ ਉਮੀਦਵਾਰ ਤੋਂ 8474 ਵੋਟਾਂ ਦੇ ਨਾਲ ਹੀ ਪਿੱਛੇ ਚੱਲ ਰਹੇ ਨੇ ਇਨੈਲੋ ਲੀਡਰ ਅਬੈ ਸਿੰਘ ਚੋਟਾਲਾ ਨੂੰ ਲੈ ਕੇ ਵੀ ਜਾਣਕਾਰੀ ਮਿਲ ਰਹੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਨਤੀਜੇ ਦੇਰੀ ਨਾਲ ਦਿਖਾਏ ਜਾ ਰਹੇ ਨੇ ਇਸ ਕਰਕੇ ਕਾਂਗਰਸ ਨੇ ਸਵਾਲ ਚੁੱਕੇ ਨੇ ਕਿ ਬੀਜੇਪੀ ਗਲਤ ਰੁਝਾਨਾਂ ਨਾਲ ਪ੍ਰਸ਼ਾਸਨ ਤੇ ਦਬਾਅ ਪਾ ਰਹੀ ਹੈ ਇਹ ਜੈ ਰਾਮ ਰਮੇਸ਼ ਨੇ ਟਵੀਟ ਕੀਤਾ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਦੇ ਕੌਮੀ ਲੀਡਰ ਜੈ ਰਾਮ ਰਮੇਸ਼ ਟਵੀਟ ਕਰ ਰਹੇ ਨੇ ਇਲਜ਼ਾਮ ਲਾ ਰਹੇ ਨੇ ਕਿ ਭਾਜਪਾ ਗਲਤ ਰੁਝਾਨ ਦਿਖਾ ਰਹੀ ਹੈ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਰੁਝਾਨ ਸਹੀ ਨਹੀਂ ਆ ਰਹੇ ਪ੍ਰਸ਼ਾਸਨ ਤੇ ਕਹਿੰਦੇ ਦਬਾਅ ਬਣਾਇਆ ਜਾ ਰਿਹਾ ਹੈ ਇਹ ਕੀ ਹੋ ਸਕਦਾ ਹੈ ਇਹ ਵੀ ਵੱਡਾ ਸਵਾਲ ਹੈ ਜੋ ਜਗਰਾਮ ਰਮੇਸ਼ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਮੌਜੂਦਾ ਸਰਕਾਰ ਹੈ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਦੇ ਉੱਤੇ ਦਬਾਅ ਪਾ ਸਕਦੀ ਹੈ ਪ੍ਰੈਸ਼ਰ ਪਾ ਕੇ ਗਲਤ ਰੁਝਾਨ ਦਿਖਾ ਸਕਦੀ ਹੈ ਅ ਦਰਅਸਲ ਨਿਊਜ਼ ਚੈਨਲਾਂ ਦੇ ਉੱਤੇ ਜਦੋਂ ਸਵੇਰ ਤੋਂ ਰੁਝਾਨ ਚੱਲ ਰਹੇ ਸਨ ਤਾਂ ਉਹ ਉਹਨਾਂ ਦੇ ਵਿੱਚ ਬਹੁਤ ਵੱਡਾ ਫਰਕ ਸੀ 60 ਸੀਟਾਂ ਤੋਂ ਵੀ ਵੱਧ ਤੇ ਕਾਂਗਰਸ ਮੂਹਰੇ ਚੱਲ ਰਹੀ ਸੀ ਫਿਰ ਜਿਵੇਂ ਇਲੈਕਸ਼ਨ ਕਮਿਸ਼ਨ ਨੇ ਵੱਡਾ ਉਲਟ ਫੇਰ ਇੱਕਦਮ ਕਾਂਗਰਸ ਨੂੰ ਪਿੱਛੇ ਮਾਰਿਆ ਤੇ ਭਾਜਪਾ ਨੂੰ ਅੱਗੇ ਕਰ ਦਿੱਤਾ ਤਾ ਫਿਰ ਟੀਵੀ ਚੈਨਲਾਂ ਨੇ ਵੀ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਇਲੈਕਸ਼ਨ ਕਮਿਸ਼ਨ ਇੱਕ ਕ੍ਰੈਡਿਬਲ ਸੋਰਸ ਹੈ ਉਸ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਇਸ ਕਰਕੇ ਜਿੰਨੇ ਆਪਦੇ ਸੂਤਰ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਪਾਸੇ ਰੱਖ ਕੇ ਤੁਹਾਨੂੰ ਚੋਣ ਕਮਿਸ਼ਨ ਦੀ ਵੈਬਸਾਈਟ ਦੇ ਅੰਕੜੇ ਦਿਖਾਉਣੇ ਹੀ ਪੈਂਦੇ ਨੇ ਤੇ ਉਹੀ ਜਾਰਮ ਨਰਮੇਸ਼ ਕਹਿ ਰਹੇ ਨੇ ਕਿ ਇਹ ਦਬਾਅ ਦੇ ਵਿੱਚ ਸਾਰਾ ਕੁਝ ਹੋ ਰਿਹਾ ਹੈ ਜਾਣਬੁੱਝ ਕੇ ਰੁਝਾਨ ਦੇ ਅੰਕੜੇ ਨੇ ਜਿਹੜੇ ਉਹ ਦੇਰੀ ਨਾਲ ਦਿਖਾਏ ਜਾ ਰਹੇ ਨੇ ਕਾਂਗਰਸ ਦੇ ਸੀਨੀਅਰ ਲੀਡਰ ਜੈਰਾਮ ਰਮੇਸ਼ ਦੇ ਵੱਲੋਂ ਵੱਡਾ ਇਲਜ਼ਾਮ ਲਾਉਣਾ ਕੋਈ ਛੋਟੀ ਗੱਲ ਨਹੀਂ ਹੈ ਤੇ ਇੰਨਾ ਵੱਡਾ ਇਲਜ਼ਾਮ ਹਵਾ ਦੇ ਵਿੱਚ ਲਾਉਣਾ ਵੀ ਕੋਈ ਚੰਗੀ ਗੱਲ ਨਹੀਂ ਹੈ ਜੇ ਅਜਿਹਾ ਸੱਚ ਨਹੀਂ ਹੈ ਜੇ ਸੱਚ ਹੈ ਤਾਂ ਬਹੁਤ ਹੀ ਗੰਭੀਰ ਹੈ ਜੇ ਸੱਚ ਨਹੀਂ ਹੈ ਤਾਂ ਜੈਰਾਮ ਰਮੇਸ਼ ਹੋਣਾ ਦੇ ਲਈ ਇਹ ਗਲਤ ਹੈ